ਮਹਿਲਾ ਨੇ ਘਰ 'ਚ ਵੜੇ ਚੋਰ ਨੂੰ ਕੀਤਾ ਕਾਬੂ। ਮੋਗਾ ਦੇ ਦੱਤ ਰੋਡ 'ਤੇ ਇੱਕ ਮਹਿਲਾ ਨੇ ਬਹਾਦਰੀ ਨਾਲ ਆਪਣੇ ਘਰ ਅੰਦਰ ਵੜੇ ਚੋਰ ਨੂੰ ਕਾਬੂ ਕਰ ਲਿਆ। ਇਸ ਸੰਬੰਧੀ ਸੁਰਮੀਤ ਕੌਰ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਲਈ ਗਈ ਹੋਈ ਸੀ ਅਤੇ ਜਦੋਂ ਵਾਪਸ ਆਈ ਤਾਂ ਦੇਖਿਆ ਕਿ ਘਰ ਦਾ ਤਾਲਾ ਅਤੇ ਦਰਵਾਜ਼ੇ ਟੁੱਟੇ ਹੋਏ ਸਨ, ਜਦਕਿ ਘਰ ਦੇ ਅੰਦਰ ਇੱਕ ਚੋਰ ਅਲਮਾਰੀਆਂ ਤੋੜ ਕੇ ਸਮਾਨ ਪੈਕ ਕਰ ਹੀ ਰਿਹਾ ਸੀ, ਜਿਸ ਨੂੰ ਉਸਨੇ ਦਬੋਚ ਲਿਆ ਅਤੇ ਉਸ ਵੱਲੋਂ ਰੌਲਾ ਪਾਉਣ 'ਤੇ ਮੁਹੱਲਾ ਵਾਸੀਆਂ ਨੇ ਇਕੱਠੇ ਹੋ ਕੇ ਚੋਰ ਨੂੰ ਫੜ ਲਿਆ ਅਤੇ ਉਸਦੀ ਛਿੱਤਰ ਪਰੇਡ ਕਰਨ ਤੋਂ ਬਾਅਦ ਪੁਲਿਸ ਹਵਾਲੇ ਕਰ ਦਿੱਤਾ। ਕੱਲ ਮੈਂ ਸੁਬਹਾ ਸਕੂਲ ਬੱਚੋਂ ਕੋ ਛੋੜਨੇ ਗਈ ਹੂੰ, ਉਸਕੇ ਬਾਅਦ ਵਾਪਸੀ ਪੇ ਦੇਖਾ ਕਿ ਮੇਰੇ ਘਰ ਕਾ ਮੇਨ ਗੇਟ ਕਾ ਤਾਲਾ ਤੋੜਾ ਹੁਆ ਲਗਾ ਕਰ ਗਈ ਸੀ ਉਸਕੋ ਮੈਂ। ਜਬ ਅੰਦਰ ਗਈ ਹੂੰ ਤੋ ਅੰਦਰ ਵੀ ਦਰਵਾਜ਼ੇ ਖੁੱਲ੍ਹੇ ਤੇ, ਫਿਰ ਅੰਦਰ ਔਰ ਸਾਰੇ ਦਰਵਾਜ਼ੇ ਖੁੱਲ੍ਹੇ, ਉਹਦੇ ਅੱਖੇ ਉਹ ਸਾਰੀ ਅਲਮਾਰੀਆਂ ਵਗੈਰਾ ਸਭ ਕੁਛ ਖੁੱਲ੍ਹੀ ਹੋਈ ਸੀ। ਫਿਰ ਦੇਖਾ ਤੋ ਉਧਰ ਮੇਰੇ ਸਟੋਰ ਰੂਮ ਕੇ ਵੀ ਸਾਰੇ ਤਾਲੇ, ਅੰਦਰ ਗਈ ਹੂੰ ਤੋ ਅੰਦਰ ਉਸਕੋ ਬੋਲਿਆ ਕਿ ਬਾਹਰ ਆ, ਬਾਹਰ ਆ ਕਰ ਪਕੜ ਲਿਆ ਉਸਕੋ, ਪਕੜ ਲਿਆ ਰੋਲਾ ਡਾਲਾ, ਉਸਕਾ ਬੈਗ ਵਗੈਰਾ ਛੀਨਾ, ਉਸ ਪੇਜ ਕਾ ਸਟਾਫ ਲੰਬਾ ਸਾ ਉਸਕੋ ਤੋੜਨੇ ਕੇ ਲੀ ਗੇ, ਸਾਰੇ ਦਰਵਾਜ਼ੇ ਮੇਰੇ ਤੋੜ ਦੀਆਂ ਕਰਕੇ ਸਾਰਾ ਇੱਦਾਂ ਨੁਕਸਾਨ ਕਰਦੀ ਹੈ, ਅਲਮਾਰੀ ਸਾਰੀ ਤੋੜਦੀ ਹੈ। ਅਗਰ ਮੈਂ 2 ਮਿੰਟ ਲੇਟ ਕਰਦੀ ਤਾਂ ਮੇਰੇ ਤੋਂ ਉਸਕਾ ਹੋਰ ਨੁਕਸਾਨ ਹੋਗਾ। ਧੱਕੇ ਮਾਰੇ ਮੇਰੇ ਕੋ ਕਿ ਬਈ ਭਾਗ ਨਹੀਂ ਕਰੂੰ ਮੈਂ, ਤੋ ਬਸ ਉਸਕੋ ਪਕੜ ਲਿਆ ਸਾਰਾ ਮਹੱਲੇ ਮੈਂ ਰੋਲਾ ਪਾ ਦਿਆ। ਉਸਕੇ ਬਾਅਦ ਸਾਰੇ ਮਹੱਲੇ ਵਾਲੋਂ ਨੇ ਪਕੜ ਲਿਆ, ਫਿਰ ਉਸਕੋ ਦਬੋਚ ਲਿਆ ਕਿ ਵੀ ਜਾਣੇ ਨਹੀਂ ਦੇਂਗੇ। ਫਿਰ ਥੋੜ੍ਹੀ ਦੇਰ ਕੇ ਬਾਅਦ ਪੁਲਿਸ ਆਈ ਹੈ, ਘੰਟੇ ਬਾਅਦ ਆਈ ਹੈ ਪੁਲਿਸ, ਪੁਲਿਸ ਉਹ ਨੰਬਰ ਮਿਲਾਤੇ ਰਹੇ ਆ, ਮੈਂ ਪਕੜ ਉਹ ਫੋਨ ਹੀ ਨਹੀਂ ਉਠਾ ਰਹੇ ਥੇ ਉਹ ਲੋਕ ਫੋਨ ਨੰਬਰ ਵਾਲੇ। ਫਿਰ ਕਈ ਹੋਰ ਫੋਨ ਮਿਲਾਏ ਸੀ ਕਿ ਬਈ ਪੁਲਿਸ ਵਾਲੋਂ ਕੋ ਬੁਲਾਏ ਹਮ, ਪੁਲਿਸ ਵਾਲੋਂ ਕੋ ਬੁਲਾਇਆ। ਉੱਧਰ ਥਾਣਾ ਸਿਟੀ ਇੱਕ ਮੋਗਾ ਦੇ SHO ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਫੜੇ ਗਏ ਚੋਰ ਦੀ ਪਹਿਚਾਣ ਸੁਰਜੀਤ ਸਿੰਘ ਵਜੋਂ ਹੋਈ ਹੈ, ਜਿਸ ਉੱਪਰ ਪਹਿਲਾਂ ਵੀ ਮਾਮਲਾ ਦਰਜ ਹੈ। ਜਿਹੜਾ ਚੋਰ ਸੁਰਜੀਤ ਸਿੰਘ ਦਾ ਨਾਮ ਹੈ ਜਿਹੜਾ ਫੜਿਆ ਗਿਆ, ਇਹਦੇ ਸੰਬੰਧ 'ਚ ਜਿਹੜਾ ਅਸੀਂ ਪੁੱਛਗਿੱਛ ਕਰ ਰਹੇ ਹਾਂ, ਬਾਅਦ ਪੁੱਛਗਿੱਛ ਜੋ ਵੀ ਹੋਈ ਕਰਦੇ ਕਰਾਂਗੇ। ਇਹ ਬਠਿੰਡੇ ਜ਼ਿਲ੍ਹੇ ਦਾ ਰਹਿਣ ਵਾਲਾ ਹੈ, ਹਕਮ ਸਿੰਘ ਵਾਲੇ ਪਿੰਡ ਦਾ, ਅਤੇ ਪਹਿਲਾਂ ਜਿਹੜਾ ਪੋਸਟ ਦੇ ਵਿੱਚ ਸਜ਼ਾ ਭੁਗਤ ਰਿਹਾ ਸੀ, ਹੁਣ 2 ਸਾਲ ਪਹਿਲਾਂ ਆਇਆ ਵਾ ਬਾਹਰ, ਇਹਨਾਂ ਨੂੰ ਪਤਾ ਲੱਗੂਗਾ ਜੀ ਪੁੱਛ ਅੱਛਾ ਦਰਜ ਕਰਦੇ।